ਕੜੀ ਵਨ 2 3 4 ਜਾ 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 ਰੇ ਬਾ ਬਲਾ ਕਿ ਤੂੰ ਆ ਰਿਹਾ ਕਿਧਰ ਸੇ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਮੈਨੂੰ ਪੁੱਛ ਰਹੇ USA ਯੂਨਾਈਟਿਡ ਕਿੰਗਡਮ ਆਫ ਅਮਰੀਕਾ USA ਯੂਨਾਈਟਿਡ ਸਟੇਟਸ ਆਫ ਅਮਰੀਕਾ ਹੁੰਦਾ ਹੈ ਇਹ ਮੈਂ ਚੈੱਕ ਕਰਨਾ ਸੀ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਮੈਨੂੰ ਪਤਾ ਹੈ ਯਾਰ ਆਹ ਵਾਕਈ ਬੜੇ ਜ਼ਹੀਨ ਆਦਮੀ ਓਬਾਮਾ ਸਾਹਿਬ ਇਟ ਹੈਜ਼ ਬੀਨ ਕਾਲਿੰਗ ਟੂ ਦਾ ਅਰਲੀ ਇਨ ਦਾ ਮਾਰਨਿੰਗ ਓਬਾਮਾ ਨੇ ਕਾਲ ਕਰ ਦਿੱਤੀ ਸਵੇਰੇ ਸਵੇਰੇ 12:30 ਵਜੇ ਦੁਪਹਿਰੀ ਮੈਨੂੰ ਕਾਲ ਕਰ ਦਿੱਤੀ ਨੇ ਉਹਨਕੇ ਸਵੇਰ ਹੋਗੀ ਨਾ ਤੇ ਇਧਰ ਮੇਰੇ ਹਾਲ ਦੁਪਹਿਰ ਹੁੰਦੀ ਹੈ ਠੀਕ ਹੈ ਮੈਨੂੰ ਕਹਿੰਦੇ ਨੇ ਸੋਣਿਆ ਸੈਟਰਡੇ ਯੂ ਹੈਵ ਟੂ ਫਾਰਗੇਟ ਦਿਸ ਸੈਟਰਡੇ ਮੈਂ ਕਿਹਾ ਸਰ ਮੈਂ ਸਮਝਿਆ ਨਹੀਂ ਕਹਿੰਦੇ ਨੇ ਹਫਤੇ ਵਾਲੇ ਦਿਨ ਨਾਸ਼ਤਾ ਇਕੱਠਾ ਹੁੰਦਾ ਭੁੱਲ ਗਏ ਓ ਉਹ ਨਿਆਰੀ ਖਾਂਦੇ ਨੇ ਨਾ ਓਬਾਮਾ ਹਫਤੇ ਵਾਲੇ ਦਿਨ ਨਿਆਰੀ ਤੇ ਆਲੂ ਕੀਮਾ ਛੋਟੇ ਆਲੂ ਤੇ ਵੱਡਾ ਕੀਮਾ ये आपने किसका नाम ओबामा रखा हुआ है ओबामा साहब सदर अपना यूएसए दे पुराने रिटायर जी जी हां ही इज माय बेस्ट फ्रेंड ओके ओ फिर आइथू मैं लेके जाना निहारी ठीक है ते आलू कीमा ठीक है ते सलाद दा सारा सामान ਬਣਾਉਂਦਾ ਮੈਂ ਉੱਥੇ ਜਾ ਕੇ ਆ ਸਲਾਦ ਅੱਛਾ ਕਿਉਂਕਿ ਉਹ ਨਾਲ ਨਾਲ ਬੁਰਕੀ ਲਾਉਂਦੇ ਨੇ ਨਾ ਨਾਲ ਮੈਂ ਬਰੀਕ ਮੂਲੀਆਂ ਕੱਟ ਕੇ ਦੇਣਾ ਤੇ ਦੁਨੀਆ ਦੀ ਸਿਆਸਤ ਤੇ ਗੁਫ਼ਤਗੂ ਹੋ ਰਹੀ ਹੁੰਦੀ ਅੱਛਾ ਉਹ ਕਿੱਥੇ ਚਲੇ ਗਏ ਹੋ ਇਧਰ ਸੌਰੀ ਸੌਰੀ ਦੁਨੀਆ ਦੀ ਸਿਆਸਤ ਤੇ ਗੁਫ਼ਤਗੂ ਹੋ ਰਹੀ ਹੁੰਦੀ ਓਕੇ ਤੇ ਅਚਾਨਕ ਬੈਲ ਵੱਜੀ ਏ ਤੇ ਐਂ ਕਰਕੇ ਮੈਂ ਵੇਖਿਆ ਪ੍ਰਵੇਸ਼ ਖਟਕ ਸਾਹਿਬ ਦੀ ਕਾਲ ਵਾਹ ਪੇ ਓਬਾਮਾ ਕੇ ਸਾਥ ਬੈਠੇ ਮੇਰਾ ਦਿਲ ਕਰੇ ਮੈਂ ਉਹਨਾਂ ਨੂੰ ਨਾਲ ਸਲਾਦ ਦੇ ਅੰਦਰ ਆਵਾਂ ਤੇ ਨਾਲ ਖਟਕ ਡਾਂਸ ਕਰਾਂ ਅੱਛਾ ਜੀ ਸਰ ਠੀਕ ਹੈ ਤੇ ਮੈਂ ਹਲਕਾ ਜਿਹਾ ਕਰਕੇ ਚੁੱਕਿਆ ਮੈਂ ਕਿ ਸਰ ਕਹਿੰਦੇ ਨੇ ਕਿੱਥੇ ਹੈ ਮੈਂ ਕਿ ਓਬਾਮਾ ਸਾਹਿਬ ਕੋਲ ਕਹਿੰਦਾ ਰਿਟਾਇਰ ਬੰਦੇ ਨਾਲ ਹੀ ਫਿਰਦਾ ਰਹਿੰਦਾ ਕਦੀ ਹਾਜ਼ਰ ਸਰਵਿਸ ਬੰਦੇ ਨਾਲ ਵੀ ਫਿਰਿਆ ਕਰ ਅੱਛਾ ਉਹ ਮੈਂ ਕਿ ਸਰ ਹੁਕਮ ਕਰੋ ਕਹਿੰਦੇ ਨੇ ਕਮ ਟੂ ਮੀ ਐਸ ਸੂਨ ਐਸ ਪੋਸੀਬਲ ਚਲੋ ਇੱਕ ਚੀਜ਼ ਤੇਰੇ ਨਾਲ ਡਿਸਕਸ ਕਰਨੀ ਹੈ ਬੜੀ ਆਪਣਾ ਸੈਪਰੇਟ ਹੈਗੀ ਹੈ ਓਕੇ ਉਹ ਫਿਰ ਮੈਂ ਓਬਾਮਾ ਸਾਹਿਬ ਨੂੰ ਪੁੱਛਿਆ ਮੈਂ ਕਿ ਸਰ ਮੈਨੂੰ ਪਿਸ਼ਾਵਰ ਡਰੌਪ ਕਰਨਾ ਹੈ ਮਾਰੀ ਨੇ ਕਾਲ ਉਹ ਛੋਟਾ ਜਿਹਾ ਤਿਆਰਾ ਆ ਗਿਆ ਬਿਲਕੁਲ ਛੋਟਾ ਜਿਹਾ ਉਹਦੇ ਵਿੱਚ ਡਰਾਈਵਰ ਵੀ ਫਸ ਕੇ ਬੈਠਾ ਤੇ ਮੈਂ ਵੀ ਫਸ ਕੇ ਬੈਠਾ ਅੱਛਾ ਹਾਂਜੀ ਉਹ ਨਿਹਾ ਕੇ ਜਿਹੜਾ ਪਿਸ਼ਾਵਰ ਏਅਰਪੋਰਟ ਦੇ ਨਾਲ ਕਿਸੇ ਦਾ ਘਰ ਸੀ ਉਹਦੀ ਛੱਤ ਤੇ ਮੈਨੂੰ ਲਾਇਆ ਅੱਛਾ ਤੇ ਮੈਂ ਗਿਆ ਖਟਕ ਸਾਹਿਬ ਕੋਲ ਮੈਨੂੰ ਕਹਿੰਦੇ ਨੇ ਮੁਬਾਰਕ ਹੋ ਨਈ ਪਾਰਟੀ ਬਣਾ ਲਈ ਹੈ ਉਹ ਉਹਨਾਂ ਨੇ ਕਿਹਾ ਜੀ ਮੈਂ ਆਪਣੀ ਪਾਰਟੀ ਬਣਾ ਲਈ ਤਹਿਰੀਕ ਇਨਸਾਫ ਪਾਰਲੀਮੈਂਟੇਰੀਅਨ ਤੇ ਮੈਂ ਕਿਹਾ ਬੰਦੇ ਕਿੱਥੇ ਜੇ ਕਹਿੰਦਾ ਕਿੱਥੇ ਮੈਂ ਕਿਹਾ ਸਾਰੇ ਤੇ ਫੜ ਫੜ ਕੇ ਮੈਂ ਦਿੱਤੇ ਨੇ ਜੇਲਾਂ ਦੇ ਵਿੱਚ ਤੁਹਾਨੂੰ ਮੈਂ ਕਿਹਾ ਯਾਦ ਨੀ 36 ਵਾਰੀ ਮੈਂ ਤੁਹਾਨੂੰ ਫੜਿਆ ਤੇ ਕਹਿੰਦਾ ਫਿਰ ਸੁਲਾਖਾਂ ਦੇ ਵਿੱਚੋਂ ਮੇਰਾ ਨਿਕਲਣਾ ਨਹੀਂ ਉਹ ਵੇਖਿਆ ਉਹ ਤੁਹਾਨੂੰ ਤੇ ਲੱਭ ਰਿਹਾ ਨਾ ਕਰੇ ਉਹ ਮੇਰੇ ਅੱਲਾ ਮੈਂ ਕੋਈ ਸਿਆਰਾ ਕੋਈ ਤਿਆਰਾ ਕੋਈ ਸ਼ਹਿਰ ਕੋਈ ਮੁਲਕ ਕੋਈ ਪਿੰਡ ਨਹੀਂ ਛੱਡਿਆ ਜਿੱਥੇ ਮੈਨੂੰ ਨਾ ਲੱਭਿਆ ਹੋਵੇ ਸਾਹਿਬ ਤੁਹਾਡੀ ਹਦੂਦ ਉਹ ਵਾ ਇਸਲਾਮਾਬਾਦ ਇਸ ਲਕੀਰ ਤੋਂ ਅੱਗੇ ਨਹੀਂ ਆਣਾ ਉਹ ਤੇ ਭਲਾ ਤੁਸੀਂ ਕਿਉਂ ਬਚਦੇ ਰਹੇ ਹੋ ਮੈਂ ਬਰਜਾਈ ਦੇ ਨੰਬਰ ਤੇ ਬੜੀ ਵਾਰੀ SMS ਕੀਤਾ WhatsApp ਕੀਤਾ ਮੈਂ ਕਿਹਾ ਬਰਜਾਈ ਨੂੰ ਤੇ ਪਤਾ ਹੀ ਹੋ ਜਾਣਾ ਅਵੇ ਬੋਲ ਰਹੀ ਹੈ ਦੇਖੋ ਨਾ ਹੁਣ ਇਹ ਚਲਾਕੀ ਹੈ ਕਿ ਵੀ ਆਪ ਸਿਆਸਤ ਕਰ ਰਹੇ ਨੇ ਆਪ ਜੰਗ ਲੁਕੇ ਹੋਏ ਨੇ ਤੇ ਬਰਜਾਈ ਨੂੰ ਪਿਸ਼ਾਬ ਅਰੇ ਬੋਲ ਨਹੀਂ ਹੈ ਗੌਰ ਸੇ ਦੇਖੋ ਮੈਂ ਸੋਚ ਰਿਹਾ ਵੀ ਇਹ ਬਰਜਾਈ ਉਹ ਤੇ ਨਹੀਂ ਜਿਹੜੀ ਜੰਗ ਵਾਲੇ ਨੇ ਹਾਂ ਨਹੀਂ ਬੋਲ ਨਹੀਂ ਹੈ ਕਹਿੰਦੇ ਨਹੀਂ ਨਹੀਂ ਮਾਸ਼ਾਅੱਲਾ ਫੈਨ ਹੈ ਕਿ ਨਹੀਂ ਮੇਰੇ ਆਪ ਇਹ ਕਿਉਂ ਹੈ ਔਰ ਮੈਂ ਵੈਸੇ ਤੇ ਇਹਨਾਂ ਦੀ ਹਰ ਉਹ ਸਾਰੀ ਚੀਜ਼ਾਂ ਦੇਖਣਾ ਕਾਬਲੀ ਪੁਲਾਓ ਦੇ ਵਿੱਚ ਇਹਨਾਂ ਨੇ ਜਿਹੜਾ ਕਾਬਲੀ ਪੁਲਾਓ ਪਕਾਇਆ ਨੇ ਓਏ ਹੋ ਬੜਾ ਵਿਕਿਆ ਸਰ ਅੱਛਾ ਮੈਂ ਕਹਿੰਦਾ ਜੀ ਐਕਟਿੰਗ ਤੇ ਇੱਕ ਹੱਦ ਹੁੰਦੀ ਹੈ ਤੁਸੀਂ ਤੇ ਹੱਦ ਵੀ ਕ੍ਰਾਸ ਕਰ ਜਾਂਦੇ ਹੱਦ ਮੁਕਾ ਯਾਰ ਕਾਲਾ ਦਰਿਆ ਤੁਸੀਂ ਵੇਖਿਆ ਜੀ ਮੈਂ ਨਹੀਂ ਵੇਖਿਆ ਕਿੱਥੇ ਹੈਗਾ ਕਾਲਾ ਦਰਿਆ ਔਰ ਜਗ੍ਹਾ ਪਿਆ ਔਰ ਉਨਕਾ ਡਰਾਮਾ ਜੋ ਥਾ ਵੋ ਕਾਲਾ ਡੋਰੀ ਹੈ ਹਾਂ ਲੇਕਿਨ ਕਮਾਲ ਜੀ ਮਾਨ ਨਾਲ ਬਈ ਐਕਟਿੰਗ ਪੂਰੀ ਦੁਨੀਆ ਕਰਦੀ ਹੈ ਔਰ ਹਰ ਬੰਦਾ ਸਟਾਰ ਬਣ ਜਾਂਦਾ ਹੈ ਕੁਛ ਨਹੀਂ ਬਣਿਆ ਤੇ ਫਿਰ ਉਹਦੇ ਚ ਮੇਰਾ ਤੇ ਨਹੀਂ ਨਾ ਲੇਕਿਨ ਮਿਹਨਤ ਉਹਨਾਂ ਨੇ ਪੂਰੀ ਕੀਤੀ ਹੈ ਕੋਈ ਸ਼ਹਿ ਛੱਡੀ ਨਹੀਂ ਫਿਲਮ ਰੇਡੀਓ ਟੀਵੀ ਥੀਏਟਰ ਕੁਛ ਵੀ ਨਹੀਂ ਛੱਡਿਆ ਔਰ ਸਾਡਾ ਵੀ ਕੱਖ ਨਹੀਂ ਛੱਡਿਆ ਜੀ ਸਰ ਅੱਛਾ ਬਾਤ ਕਰੋ ਤੁਮ ਜੋ ਕੰਮ ਕਰ ਰਹੇ ਜਲਦੀ ਕਰੋ ਇਹ ਵੀ ਉਹ ਜ਼ਰਾ ਅਨਕੰਫਰਟੇਬਲ ਹੋ ਰਹੇ ਹਨ ਨਹੀਂ ਕਦੇ ਵੀ ਨਹੀਂ ਮੇਰੇ ਬੈਸਟ ਫਰੈਂਡ ਹੈਗੇ ਨੇ ਜਦੋਂ ਮਰਜ਼ੀ ਫੜ ਲਵਾਂ ਸਰ ਜੀ ਇੱਕ ਫਰੈਸ਼ ਫੋਟੋ ਦੇ ਦਿਓ ਤਾਂ ਕਿ ਮੈਂ ਉਹਨਾਂ ਨੂੰ ਭੇਜ ਦੇਵਾਂ ਆਪਣੇ ਵੱਲੋਂ ਮੈਂ ਉਹਨਾਂ ਨੂੰ ਕਹਿਣਾ ਜੀ ਗ੍ਰਿਫਤਾਰ ਹੋ ਗਏ ਨੇ ਅੱਛਾ ਆਪਣੇ ਵੱਲੋਂ ਲੇਕਿਨ ਤੁਸੀਂ ਘਰ ਹੀ ਰਹਿਣਾ ਹੈ ਟੈਨਸ਼ਨ ਨਹੀਂ ਲੈਣੀ ਤੁਹਾਡੇ ਘਰ ਨੂੰ ਅਸੀਂ ਸਭ ਜੇਲ੍ਹ ਕਰਾਰ ਦੇ ਦਿਆਂਗੇ ਯਾਰ ਤੂੰ ਇੰਨੀਆਂ ਸੈਲਫੀਆਂ ਲੈਂਦਾ ਤੈਨੂੰ ਹਰੀਮ ਸ਼ਾਹ ਨੇ ਭਰਤੀ ਕਰਾਇਆ ਇਬਰਾਹਿਮ ਵੈਸੇ ਆਪ ਕਿੱਧਰ ਸੇ ਹੈ ਮੈਂ UK ਸੇ ਹਾਂ ਲੰਡਨ
लंदन से आए हैं जी। अच्छा ओवरसीज ओवरसीज सर दूसरी कश्ती में सवार हैं, दो लाइफ जैकेट्स आपके पास हैं, एक अपनी, दूसरी आपने किसी और को देनी है। वो दूसरी लाइफ जैकेट आप किन को दे रही हैं? ऑप्शंस जो आपके पास हैं, वो हैं शाहरुख खान और आपके हस्बैंड। वेलकम बैक टू गपशप जी। अवाम का सवाल। अस्सलाम वालेकुम, मेरा नाम नतब कामरान, मेरा सवाल राणा शबाज साहब से है। मैं आपसे ये पूछना चाहूँगा कि आपको क्या लगता है कि आपके दौरे हुकूमत में आपकी हुकूमत से क्या क्या गलतियाँ हुई हैं? ओए होए, देखें जी, हुकूमत से तो कोई ऐसी गलती नहीं पेश हुई। जिस वजह से रजीम चेंज हुआ, जो साइफर आया, पूरी दुनिया को पता है, खान को सियासत से निकाला गया, उसकी गलती सिर्फ यही थी कि वो एक ईमानदार और पाकिस्तान की आवाम के लिए मुखलिस लीडर था। जो आज जेलों में पड़ा है, जिन्होंने नैब से अपने केस माफ़ करवाए, जिन्होंने अरबों रुपए की जायदादें बनाई, जो लोग आज इंग्लैंड में बैठे हुए हैं, वहाँ पर प्लान बनाते हैं, वहाँ पर मीटिंगें कर रहे हैं, जो कुछ कर रहे हैं, जो कह रहे हैं जी अब हम सऊदी अरब से बात करेंगे, अब हम दुबई से गारंटी लेंगे, अब हम अमरीका से गारंटी लेंगे, उन लोगों ने मुल्क का जो बेड़ा गर्क किया था। फर्क ये है कि इसने कहा मेरे मरने के बाद जो कुछ है मेरा वो पाकिस्तान का हो, शौकत खानम कैंसर हॉस्पिटल का होगा, तो गरीब अवाम का होगा, उनका इलाज मुफ्त होगा। देखें, ऐसा तो आज तक किसी ने नहीं किया। देखें, उसके काम यही हैं जो उसने लोगों की भलाई के लिए काम किए हैं। देखें, उसने इकॉनमी को पाकिस्तान की को किधर से उठाकर किधर ले गया, ऊपर बुलंदियों पर ले कर गया। आज देखें वो इकॉनमी सारी बैठ गई है। देखें, तमाम इंडस्ट्री पाकिस्तान की बंद हो चुकी है, जो टेक्सटाइल के मुतलका है, दूसरे काम है, सब बंद हो गए हैं। अब डॉलर देखें आप कहाँ से कहाँ पर चला गया था, अब जो उसको डॉलर को नीचे लाया जा रहा है, तो देखें पेट्रोल जो डीजल महंगा हुआ था 50 रुपए डॉलर को पीछे लाने से, उस पर तो 1 रुपए का फ़र्क नहीं पड़ रहा। हम समझते हैं कि ये बहरान जो है मुल्क के अंदर आया हुआ है, इसमें अगर निकाल सकता है वो सिर्फ हमारा कप्तान ही निकाल सकता है, और किसी में ये अहलियत नहीं। इंशाल्लाह पहले हम सब मिलके कप्तान को तो निकालें ना सर। जी क्वेश्चन। अस्सलाम वालेकुम, मेरा नाम रिजवान मजीद है। मेरा क्वेश्चन राणा साहब से है। मैं उनसे ये पूछना चाहता हूँ, ये महंगाई जो है उनके दौरे हुकूमत में हुई है या पीडीएम में या फिर उससे पुराने दौर में हुई है? देखिए जी, ये जो महंगाई है ना, जो हर आदमी के बस से बाहर हो गई है, वो ये पीडीएम के दौर में हुई महंगाई। देखिए, जब इन्होंने हर चीज़ की कीमतें डबल कर दी, मजदूर जो था मजदूरी कर रहा था, दिहाड़ी ले रहा, या तो 35,000 थी उसकी 80,000-90,000 कर देते, उसमें गुजारा उसका भी हो जाता। इन्होंने देखे पेट्रोल की कीमतें डबल कर दी, घी की डबल कर दी, गैस की डबल कर दी, बिजली की 4 गुना कर दी। देखे ना, बिजली का जो इतना बड़ा जुल्म हुआ, 16 रुपए का यूनिट था, आज 80 रुपए का है।